40 साल तो मैं इतने इंडिया आया, मैं कहा भाई इंडिया फिर चक्कर मारने देखे उन्हें यहाँ इतने मैं बैंक के पहले लड़ गया पंजाब पंजाब नेशनल बैंक के पहले लड़ गया तो मेरे मेरे खाते से 1000 रुपये कर लें कंगाल कर दिता काका साडा कोई पैसा नहीं बैंक के बैच कहते थोड़ा पैसा ही है नहीं पैसा सारा कट लिया ये सिर्फ 2 महीने की गल वा हजे 2 महीने हो इत करा के गया असं इस महीने आ गए हाँ जब असी खर्चा लैन गए तो कहते थोड़ा पैसा ही है नहीं कोई भी इतने पैसे नोटबंद होना बाकी बारे वर्कर अपील आ मोर जिन्हें पैसे पे थोड़े पैसे आप पैसे जिदा कर आके करा लो कम ना देखो तुम कम करके पैसे जोड़ रहे हैं इतने मौजा कर रहे हैं पैसे मोर जी बैंक बहुत बड़ा गैंग वा इदा इदा तो पंजाब दी सारियां बैंक ही बंद हो जाएंगे जो बाहर ले लियांदे आ कमा के जमा करते वो कितने जाएंगे अपने पंजाब नूं छड्ड के कितने जाएंगे इतने तो पंजाब च कुछ नहीं है सर कोई हाल नहीं है मैं कोई सुनाई नहीं होंगी हैगीरिजिनल चेक साढ़े को जाली चेक 2 लाख 26,50,000 एक 39,50,000 एक 2 बारी क्ढे वो कितने एच डी एफ सी बैंक के ट्रांसफर हुए आ बटाले की कोई बैंक के जमा हुए जी गढ़शंकर के यूके रेंदे बजुर्ग न 66 लाख की ठगी वजन का मामला सामने आया है ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਇੱਕ ਹਫ਼ਤਾ ਪਹਿਲਾਂ ਹੀ ਇੰਗਲੈਂਡ ਤੋਂ ਪਿੰਡ ਆਏ ਸਨ ਅਤੇ ਜਦੋਂ ਉਹਨਾਂ ਨੇ ਬੈਂਕ ਦੀ ਪਾਸਬੁੱਕ ਦੇਖੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਅਤੇ ਉਹਨਾਂ ਦੇ ਖਾਤੇ ਵਿੱਚੋਂ 2 ਵਾਰ ਕਰਕੇ ਕਿਸੇ ਹੋਰ ਖਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਖਾਤਾ ਪਿੰਡ ਦੀ ਪੰਜਾਬ ਨੈਸ਼ਨਲ ਬੈਂਕ ਵਿੱਚ ਚੱਲ ਰਿਹਾ ਹੈ ਅਤੇ ਉਹਨਾਂ ਦੇ ਖਾਤੇ ਵਿੱਚੋਂ ਪਹਿਲਾਂ 6 ਦਸੰਬਰ 2019 ਨੂੰ ਚੈੱਕ ਰਾਹੀਂ 39,50,000 ਦੀ ਰਕਮ ਐਚ ਡੀ ਐਫ ਸੀ ਬੈਂਕ ਦੇ ਖਾਤੇ ਵਿੱਚ ਸੰਧਿਆ ਦੇ ਨਾਂ ਤੇ ਟ੍ਰਾਂਸਫਰ ਕੀਤੀ ਗਈ ਅਤੇ 11 ਦਸੰਬਰ 2019 ਨੂੰ ਫਿਰ ਚੈੱਕ ਰਾਹੀਂ ਉਸੇ ਖਾਤੇ ਵਿੱਚ 26,50,000 ਦੀ ਰਕਮ ਟ੍ਰਾਂਸਫਰ ਕੀਤੀ ਗਈ ਬਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਕੁੱਲ 66 ਲੱਖ ਦੀ ਠੱਗੀ ਮਿਲੀ ਭੁਗਤ ਨਾਲ ਹੋਈ ਹੈ ਸਿੰਘ ਸੋਲ ਆ ਮੇਰੇ ਪਿਤਾ ਨਾਲ ਦਲੀਪ ਸਿੰਘ ਸੋਲ ਮੈਂ ਮੋਰਾ ਜਗ੍ਹਾ ਰਹਿਣ ਵਾਲਾ ਮੋਰਾ ਵਾਲੀ ਪਿੰਡ ਭਗਤ ਸਿੰਘ ਦੇ ਨਾਲ ਨਾਨਕੇ ਜਿੱਥੇ ਮੈਂ ਉਸ ਪਿੰਡ ਦਾ ਰਹਿਣ ਵਾਲਾ ਮੈਂ 48 ਸਾਲ ਤੋਂ ਮੈਂ ਇੱਥੇ ਇੰਡੀਆ ਆਇਆ ਮੈਂ ਕਿਹਾ ਵੀ ਇੰਡੀਆ ਫਿਰ ਚੱਕਰ ਮਾਰਨ ਦੇਖੇ ਆਉਂਦੇ ਹਾਂ ਇੱਥੇ ਮੈਂ ਬੈਂਕ 'ਚ ਪੈਸੇ ਲੈਣ ਗਿਆ ਪੰਜਾਬ ਨੈਸ਼ਨਲ ਬੈਂਕ 'ਚ ਪੈਸੇ ਲੈਣ ਗਿਆ ਤਾਂ ਮੇਰੇ ਖਾਤੇ 'ਚ 1000 ਰੁਪਏ ਕੱਢ ਲਏ ਮੈਂ ਉੱਥੋਂ ਕਿਹਾ ਵੀ ਮੈਂ ਪੁਲਿਸ ਕਾਰਵਾਈ ਕੀਤੀ ਆ ਦੇਖੋ ਪੁਲਿਸ ਵਾਲੇ ਕਹਿੰਦੇ ਪੈਸੇ ਤਾਂ ਆਉਣਗੇ ਟਾਈਮ ਲੱਗੂਗਾ ਤੁਹਾਨੂੰ ਬਾਕੀ ਪੈਸੇ ਤਾਂ ਨੋਟਬੰਦ ਹੋਣਾ ਬਾਕੀ ਬਾਹਰੇ ਵਰਕਰਾਂ ਨੂੰ ਮੇਰੀ ਅਪੀਲ ਆ ਵੀ ਮੋਰਾਂ ਵੀ ਜਿੰਨੇ ਪੈਸੇ ਪਏ ਤੁਹਾਡੇ ਪੈਸੇ ਆਪ ਵਾਲੇ ਪੈਸੇ ਜਿੱਦਾਂ ਕਰਿਆ ਆ ਕੇ ਕਰਾ ਲਓ ਕੰਮ ਨਾ ਦੇਖੋ ਤੁਸੀਂ ਕੰਮ ਕਰਕੇ ਪੈਸੇ ਜੋੜ ਰਹੇ ਹਾਂ ਇੱਥੇ ਇਹ ਮੌਜਾਂ ਕਰ ਰਹੇ ਆ ਪੈਸੇ ਮੋਰਾਂ ਮੇਰੀ ਬੈਂਕ ਆ ਬਹੁਤ ਵੱਡਾ ਗੈਂਗ ਵਾ ਮੇਰੀ ਮੇਰੀ ਹੈਲਪ ਕਰੋ ਮੈਂ ਪੁਲਿਸ ਰਿਪੋਰਟ ਲਗਾਈ ਆ ਪੁਲਿਸ ਨੂੰ ਕੀ ਕਹਿੰਦੀ ਆ ਪੁਲਿਸ ਮਗਰ ਲੱਗੀ ਆ ਜਿਵੇਂ ਕਿਤਾ ਆਉਂਦੀ ਆ ਮੈਂ ਔਰ ਮੈਂ ਮੈਂ ਤਾਂ ਮੰਨ ਜਾ ਗਿਆ ਬਾਕੀ ਮੇਰੇ ਸਾਰਾ ਪਰਿਵਾਰ ਇੰਗਲੈਂਡ ਦਾ ਨਿਆਣੇ ਇੱਥੇ ਕਿਤੇ ਆਪਣੇ ਨਿਆਣੇ ਕਿੱਥੇ ਤਾਂ ਹੀ ਤਾਂ ਉਹਨੂੰ ਕਹਿੰਦੇ ਨਹੀਂ ਵੀ ਇੰਡੀਆ ਕੀ ਕਰ ਜਾਣਾ ਇੰਡੀਆ ਇੰਡੀਆ ਕੀ ਰੱਖਿਆ ਉੱਥੇ ਉੱਥੇ ਇੱਥੇ ਤਾਂ ਬਾਹਰ ਖਾਣ ਮਿਲਦੇ ਆ ਇੱਥੇ ਬੰਦੇ ਬਹੁਤ ਖਰਾਬ ਆ ਬਚ ਕੇ ਰਹੋ ਇਹਨਾਂ ਕੋਲੋਂ ਬਚ ਕੇ ਰਹੋ ਇਹਨਾਂ ਨਾਲ ਕੋਈ ਰੁਜ਼ਗਾਰ ਨਹੀਂ ਕਰੋ ਤੁਹਾਨੂੰ ਕੋਈ ਚੀਜ਼ ਦੇ ਕੇ ਮਾਰ ਸਕਦੇ ਆ ਬੰਦੇ ਬਾਪਰ ਬੰਦੇ ਪਹਿਲੇ ਵਾਲੇ ਬੰਦੇ ਹੈ ਨਹੀਂ ਜੇ ਪਹਿਲੇ ਬਜ਼ੁਰਗ ਹੁੰਦੇ ਸੀ ਉਹ ਹੈ ਨਹੀਂਗੇ ਬਾਕੀ ਸਾਰੀ ਮਰਜ਼ੀ ਆ ਜਿੱਦਾਂ ਮਰਜ਼ੀ ਕਰੋ ਠੀਕ ਇਹ ਤਾਂ ਸਾਨੂੰ ਕੰਗਾਲ ਕਰ ਦਿੱਤਾ ਕਾਕਾ ਸਾਡਾ ਕੋਈ ਪੈਸਾ ਨਹੀਂ ਬੈਂਕ ਦੇ ਵਿੱਚ ਕਹਿੰਦੇ ਤੁਹਾਡਾ ਪੈਸਾ ਹੀ ਹੈ ਨਹੀਂ ਪੈਸਾ ਸਾਰਾ ਕੱਢ ਲਿਆ ਇਹ ਸਿਰਫ 2 ਮਹੀਨੇ ਦੀ ਗੱਲ ਵਾ ਹਜੇ 2 ਮਹੀਨੇ ਹੋਏ ਆ ਇੱਥੇ ਕਰਾ ਕੇ ਗਏ ਨੂੰ ਅਸੀਂ ਇਸ ਮਹੀਨੇ ਆ ਗਏ ਹਾਂ ਜਦ ਅਸੀਂ ਖਰਚਾ ਲੈਣ ਗਏ ਤਾਂ ਕਹਿੰਦੇ ਤੁਹਾਡਾ ਪੈਸਾ ਹੀ ਹੈ ਨਹੀਂ ਕੋਈ ਵੀ ਇੱਥੇ ਕੱਢ ਕੇ ਚੈੱਕ ਬੁੱਕ ਸਾਡੇ ਕੋਲ ਆ ਜਾਲੀ ਉਹ ਚੈੱਕ ਜਿਹੜੇ ਆ ਉਹਨੇ ਬਣਾ ਕੇ ਸਭ ਕੁਝ ਕਰ ਲਿਆ ਪਿੱਛੇ ਕੁਛ ਨਹੀਂ ਲਿਖਿਆ ਆ ਸਾਡਾ ਪਿੱਛੇ ਕੁਛ ਨਹੀਂ ਗੋਤ ਗਾਤ ਜੋ ਵੀ ਆ ਸਾਡਾ ਕੁਛ ਨਹੀਂ ਲਿਖਿਆ ਹੈਗਾ ਸਾਰੇ ਜਾਲੀ ਚੈੱਕ ਬਣਾ ਕੇ ਉਹ ਕੈਸ਼ ਕਰਾ ਕੇ ਤਾਂ ਉਹ ਪਤਾ ਨਹੀਂ ਸਾਨੂੰ ਕਿੱਥੇ ਜਮ੍ਹਾਂ ਕਰਾਏ ਆ ਕਿੱਥੇ ਨਹੀਂ ਕਹਿੰਦਾ ਸਾਡੀ ਹੈਲਪ ਹੋਣੀ ਚਾਹੀਦੀ ਹੈ ਇੱਦਾਂ ਤਾਂ ਪੰਜਾਬ ਦੀਆਂ ਸਾਰੀਆਂ ਬੈਂਕਾਂ ਹੀ ਬੰਦ ਹੋ ਜਾਣਗੀਆਂ ਜਿਹੜੇ ਬਾਹਰਲੇ ਲਿਆਉਂਦੇ ਆ ਕਮਾ ਕੇ ਜਮ੍ਹਾਂ ਕਰਦੇ ਆ ਉਹ ਕਿੱਥੇ ਜਾਣਗੇ
अपने पंजाब नूं छड्ड के कित्थे जाणगे। इत्थे तां पंजाब च कुछ नहीं हैगा सर, कोई हाल नहीं हैगा, मैं कोई सुनाई नहीं हुंदी हैगी साडी। हाँ, साडी सुनाई होनी चाहीदी आ। असीं सियाणे हैगे आ, परेशान होए हो असीं, साडे पैसे सानूं मिलणे चाहीदे बस। दीप सिंह ये साडे बाबा जी जदों बाहरों आए तां असीं बैंक पैसे लैण गए जी, ਅਤੇ ਬੈਂਕ 'ਚ ਜਾ ਕੇ ਦੇਖਿਆ ਤਾਂ ਸਾਡੇ ਬਾਬਾ ਜੀ ਦੇ ਪੈਸੇ ਸਾਰੇ ਨਿਕਲ ਚੁੱਕੇ ਸੀਗੇ। ਅਤੇ ਬੈਂਕ ਵਾਲਿਆਂ ਨੂੰ ਅਸੀਂ ਪੁੱਛਿਆ ਤਾਂ ਪੈਸੇ ਕਿੱਥੇ ਗਏ, ਉਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ, ਲੜ ਸਕਦਾ ਕੋਈ ਨਹੀਂ ਪਾਇਆ। ਸਾਡੇ ਕੋਲ ਓਰੀਜਨਲ ਚੈੱਕ ਸਾਡੇ ਕੋਲ ਆ, ਉਹ ਜਾਲੀ ਚੈੱਕ 2,00,000, 26,50,000 ਇੱਕ, 40,50,000 ਇੱਕ, ਦੋ ਵਾਰੀ ਕੱਢੇ ਉਹ ਆ। ਉਹ ਕਿਤੇ HDFC ਬੈਂਕ ਦੇ ਵਿੱਚ ਟ੍ਰਾਂਸਫਰ ਹੋਏ ਆ, ਬਟਾਲੇ ਦੀ ਕੋਈ ਬੈਂਕ ਦੇ ਵਿੱਚ ਜਮ੍ਹਾਂ ਹੋਏ ਆ ਜੀ। ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਡੇ ਪੈਸੇ ਜਿਹੜੇ ਆ ਵਾਪਸ ਦਵਾਏ ਜਾਣ ਬਾਬਾ ਜੀ ਹੁਣਾਂ ਨੂੰ। ਇੱਕ ਦਰਖਾਸਤ ਬਲਵੰਤ ਸਿੰਘ ਮੂਰਾਲੀ ਵੱਲੋਂ NRI ਆ, ਉਹਦੇ ਵੱਲੋਂ ਦਰਖਾਸਤ ਆਈ ਹੈ ਇੱਕ ਸਾਡੇ ਕੋਲ ਵੀ 66,00,000 ਦੀ ਠੱਗੀ ਬੈਂਕ ਮੁਲਾਜ਼ਮਾਂ ਦੇ ਖਿਲਾਫ਼। ਉਹ ਦੱਸਦਾ ਵੀ ਬੈਂਕ ਨੇ ਮੇਰੇ ਨਾਲ ਠੱਗੀ ਕੀਤੀ ਹੈਗੀ 66,00,000 ਦੀ NRI ਖਾਤੇ ਦੇ ਵਿੱਚੋਂ। ਉਹ ਅਸੀਂ ਹੁਣ ਇਨਕੁਆਇਰੀ ਕਰਦੇ ਹਾਂ, ਇਨਕੁਆਇਰੀ ਕਰਕੇ ਪਤਾ ਕਰਦੇ ਹਾਂ ਵੀ ਅਸਲੀਅਤ ਕੀ ਹੈ ਜੀ। ਸਰ ਅਗਰ ਦੋਸ਼ੀ ਕੋਈ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਊਗੀ? ਬਿਲਕੁਲ, ਜਿਹੜਾ ਦੋਸ਼ੀ ਹੋਊਗਾ ਇਹਦੇ ਵਿੱਚ ਉਹਦੇ 'ਤੇ ਕਾਰਵਾਈ ਕੀਤੀ ਜਾਊਗੀ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ